ਬਹੁਤ ਧੰਨਵਾਦ ਸੋਨੀ ਜੀ। ਕਿਸੇ ਨੇ ਲਿਖਿਆ ਸ਼ਹੀਦੋ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਹਿੱਸਾ ਹੋਗਾ। ਮਾਸਟਰ ਕਰਨੈਲ ਸਿੰਘ ਜੀ ਇਸਨੂੰ ਸਾਹਿਬ ਜੀ ਦੀ ਇਸ ਉਹਨਾਂ ਨੂੰ ਯਾਦ ਕਰਨ ਆਏ ਔਰ ਸਰਦਾਰ ਭੁਪਿੰਦਰ ਸਿੰਘ ਜੀ ਨੂੰ ਯਾਦ ਕਰਨ ਆਏ ਔਰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਸਾਰੇ ਹੀ ਮੇਰੇ ਸਾਹਮਣੇ ਬੈਠੇ ਸਾਰੀ ਸਾਧ ਸੰਗਤ ਜੀ ਔਰ ਮੰਚ ਤੇ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੀ ਔਰ ਪੂਰੇ ਪੰਜਾਬ ਦੀ ਇੱਕ ਉਹ ਸ਼ਖਸੀਅਤ, ਉਹ ਇਨਸਾਨ ਜਿਨ੍ਹਾਂ ਨੇ ਆਪਦਾ ਜੀਵਨ ਇਮਾਨਦਾਰੀ ਨਾਲ ਔਰ ਆਪਦੇ ਬਾਪ ਦੇ ਕਦਮਾਂ ਤੇ ਚੱਲ ਕੇ ਉਹਨਾਂ ਦੀ ਚਿੱਟੀ ਪੱਗ ਨੂੰ ਕਦੇ ਦਾਗ ਨਹੀਂ ਲੱਗਣ ਦਿੱਤਾ, ਸਰਦਾਰ ਤੇਜ ਪ੍ਰਕਾਸ਼ ਸਿੰਘ ਜੀ ਸਾਬਕਾ ਮੰਤਰੀ ਪੰਜਾਬ, ਬਹੁਤ ਹੀ ਸਤਿਕਾਰਯੋਗ ਹੋੜੇ ਹੋੜੇ ਹੋਣ ਕੇ ਗਏ ਜਿਨ੍ਹਾਂ ਨੇ ਇਸ ਇਲਾਕੇ ਦੀ ਪਾਰਲੀਮੈਂਟ ਦੇ ਇਸ ਇਲਾਕੇ ਦੀ ਬੜੀ ਬੇਖੂਬੀ ਦੇ ਨਾਲ ਸੇਵਾ ਕੀਤੀ ਔਰ ਹਮੇਸ਼ਾ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਵਿੱਚ ਤਤਪਰ ਰਹੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ। ਸਰਦਾਰ ਅਮਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਵੱਡਾ ਭਰਾ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਛੋਟੇ ਹੁੰਦਿਆਂ ਸਰਦਾਰ ਬੇਅੰਤ ਸਿੰਘ ਜੀ ਜਦੋਂ ਕਦੇ ਮੁਕਤਸਰ ਦਾ ਦੌਰਾ ਕਰਦੇ ਸਨ ਜਾਂ ਪੰਜਾਬ ਦੇ ਆਸੇ ਪਾਸੇ ਖਿੱਤਿਆਂ ਚ ਜਾਂਦੇ ਸਨ ਤਾਂ ਉਹਨਾਂ ਨੂੰ ਅਸੀਂ ਵੇਖਿਆ ਕਰਦੇ ਸਨ ਔਰ ਤੁਹਾਡੇ ਇਸ ਇਲਾਕੇ ਦੀ ਅਗਵਾਈ ਕਰ ਰਹੇ, ਅੱਜ ਇਸ ਕਾਨਫਰੰਸ ਦੀ ਅਗਵਾਈ ਕਰ ਰਹੇ ਸਾਡੇ ਇਸ ਕਾਂਗਰਸ ਕਮੇਟੀ ਦੇ ਆਲ ਇੰਡੀਆ ਦੇ ਸਕੱਤਰ ਸਰਦਾਰ ਗੁਰਕੀਰਤ ਸਿੰਘ ਜੀ ਕੋਟਲੀ ਸਾਹਿਬ, ਬਹੁਤ ਹੀ ਸਤਿਕਾਰਯੋਗ ਸਾਡੇ ਸੂਬੇ ਦੇ ਜਨਰਲ ਸਕੱਤਰ ਸਰਦਾਰ ਸੰਦੀਪ ਸਿੰਘ ਜੀ ਸੰਧੂ ਸਾਹਿਬ ਦਾਖਾ ਤੋਂ, ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਮੇਰਾ ਭਰਾ ਜਿਨ੍ਹਾਂ ਨਾਲ ਅਸੀਂ ਯੂਥ ਕਾਂਗਰਸ ਦੇ ਵਿੱਚ ਅਸੀਂ ਇਕੱਠਿਆਂ ਕੰਮ ਕੀਤਾ ਔਰ ਜਿਹੜੇ MLA ਵੀ ਰਹੇ ਔਰ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਸੇਵਾ ਨਿਭਾ ਰਹੇ ਨੇ ਸਰਦਾਰ ਲਖਵੀਰ ਸਿੰਘ ਜੀ ਲੱਖਾ ਸਾਹਿਬ, ਬਹੁਤ ਹੀ ਸਤਿਕਾਰਯੋਗ ਸਾਬਕਾ ਮੰਤਰੀ ਰਹੇ ਜਿਨ੍ਹਾਂ ਨੇ ਸਰਦਾਰ ਬੇਅੰਤ ਸਿੰਘ ਜੀ ਨੇ ਨਾਲ ਆਪਦਾ ਜੀਵਨ ਬਤੀਤ ਕੀਤਾ ਔਰ ਬੜੇ ਸਾਦਗੀ ਨਾਲ ਰਹੇ ਸਾਬਕਾ ਮੰਤਰੀ ਮਨਜੀਤ ਸਿੰਘ ਜੀ ਲਾਖਾ ਸਾਹਿਬ, ਮੇਰਾ ਭਰਾ ਜਿਨ੍ਹਾਂ ਨੇ ਆਪਣੇ ਪਿਤਾ ਦੇ ਤੋਂ ਸੇਧ ਲੈ ਕੇ ਇਲਾਕੇ ਦੀ ਸੇਵਾ ਕਰ ਰਹੇ ਨੇ, ਚਾਹੇ ਖੰਨੇ ਵੀ ਹੋਵੇ ਤੇ ਚਾਹੇ ਜਿਹੜਾ ਸਮਰਾਲਾ ਤੋਂ ਪਹਿਲਾਂ ਜਿਹੜਾ ਸਾਹਨੇਵਾਲ ਸਾਹਿਬ ਤੇ ਹੁਣ ਅੱਜ ਕੱਲ ਖੰਨੇ ਵੀ ਸੇਵਾ ਨਿਭਾ ਰਹੇ ਔਰ ਆਪਦੇ ਵਰਕਰਾਂ ਨੂੰ ਹਮੇਸ਼ਾ ਹੇਕ ਨਾਲ ਲਾ ਕੇ ਰੱਖਦੇ ਹੈ। ਸਾਡਾ ਭਰਾ ਰਾਜਾ ਗਿੱਲ ਸਾਹਿਬ ਹਲਕਾ ਇੰਚਾਰਜ ਸਮਰਾਲਾ ਔਰ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਜੀ ਕਬੱਦੀ ਸਾਹਿਬ, ਬਹੁਤ ਹੀ ਸਤਿਕਾਰਯੋਗ ਸਾਡੇ ਲੱਖਾ ਰੌਣੀ ਸਾਹਿਬ ਔਰ ਬਹੁਤ ਸਾਰੇ ਸਾਡੇ ਬਲਾਕਾਂ ਦੇ ਪ੍ਰਧਾਨ ਮੰਚ ਤੇ ਉਪਸਥਿਤ ਨੇ, ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰ, ਬਲਾਕ ਸਮਿਤੀ ਦੇ ਚੇਅਰਮੈਨ, ਸਾਰੇ ਸਾਥੀਗਣ, ਮੈਂ ਕਿਹੜਾ ਕਿਹੜਾ ਨਾਂ ਲਵਾਂ, ਯੂਥ ਕਾਂਗਰਸ ਦੇ ਸਾਥੀ ਤੇ ਸਾਡੇ ਕਰਨੈਲ ਸਿੰਘ ਜੀ ਸੰਧੂ ਸਾਹਿਬ ਦਾ ਜਿਹੜਾ ਪਰਿਵਾਰ ਹੈ, ਸਾਡੇ ਮਾਤਾ ਜੀ ਹਰੀ ਉਹ ਵੀ
ਮੰਚ ਤੇ ਬਿਰਾਜਮਾਨ ਨੇ। ਸਾਥੀਓ, ਮੈਂ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਣਾ। ਔਰ ਬਹੁਤ ਹੀ ਖੂਬਸੂਰਤ ਦਿਨ ਹੈ ਔਰ ਅਸੀਂ 76ਵਾਂ ਆਜ਼ਾਦੀ ਦਾ ਦਿਵਸ ਮੰਨ ਰਹੇ। ਅੱਜ ਮੈਂ ਕਾਂਗਰਸ ਪਾਰਟੀ ਦੇ ਵਿੱਚ ਦੇਸ਼ ਦਾ ਤਿਰੰਗਾ ਝੰਡਾ ਲਹਿਰਾ ਕੇ ਆਇਆ ਤੇ ਅੱਜ ਮੈਨੂੰ ਫਖਰ ਮਹਿਸੂਸ ਹੋ ਰਿਹਾ ਕਿ ਦੂਜਾ ਜਿਹੜਾ ਪ੍ਰੋਗਰਾਮ ਹੈ ਮੈਂ ਉਸ ਸ਼ਹੀਦ ਦੇ ਬਾਰੇ ਆਪਦੇ ਇੱਥੇ ਸਜਦਾ ਕਰਨ ਵਾਸਤੇ ਆਇਆ ਜਿਸਨੇ ਗੋਆ ਦੀ ਧਰਤੀ ਤੇ ਆ ਕੇ ਜਾ ਕੇ ਆਪਦੀ ਸ਼ਹਾਦਤ ਦਿੱਤੀ ਔਰ ਗੋਆ ਦੀ ਆਜ਼ਾਦੀ ਦੇ ਵਿੱਚ ਆਪਦਾ ਵੱਡਾ ਯੋਗਦਾਨ ਪਾਇਆ। ਔਰ ਠੀਕ ਕਿਹਾ ਹੈ ਸਰਦਾਰ ਅਮਰ ਸਿੰਘ ਜੀ ਹੋਰਾਂ ਨੇ ਕਿ ਜਦੋਂ ਪੰਜਾਬੀ ਵੇਖਦਾ ਹੈ ਕਿ ਗੋਆ ਦੇ ਉਸ ਸਥਾਨ ਤੇ ਕਰਨੈਲ ਸਿੰਘ ਜੀ ਇਸਰੂ ਸਾਹਿਬ ਦਾ ਨਾਂ ਲਿਖਿਆ ਹੋਇਆ ਤੇ ਛਾਤੀ ਥੋੜੀ ਗੌਰਵ ਦੇ ਨਾਲ ਚੌੜੀ ਹੋ ਜਾਂਦੀ। ਔਰ ਮੈਂ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕ ਸੂਰਬੀਰ ਯੋਧੇ ਵੱਖਰੀ ਕੌਮ ਹੈ। ਬੇਸ਼ੱਕ ਅਸੀਂ ਹਿੰਦੁਸਤਾਨ ਦਾ ਅੰਗ ਹਾਂ, ਹਿੰਦੁਸਤਾਨ ਦਾ ਹਿੱਸਾ ਹੈ। ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਦਾ ਮੌਕਾ ਨਹੀਂ ਮਿਲਿਆ, ਕੇਵਲ 5-6 ਮਿੰਟ ਮਿਲੇ ਇੱਕ ਦਿਨ। ਔਰ ਉਸ ਤੋਂ ਬਾਅਦ ਕਿਉਂਕਿ ਜਿਹੜੇ ਸਵਾਲ ਲੱਗਦੇ ਆ ਉਹ ਪਰਚੀ ਨਾਲ ਨਿਕਲਦੇ ਆ ਤੇ 0 ਆਰ ਦੇ ਵਿੱਚ ਜਿਹੜਾ 0 ਕਾਲ ਹੁੰਦਾ ਘੰਟੇ ਦਾ ਉਹਦੇ ਵਿੱਚ ਵੀ ਪਰਚੀ ਦੇ ਨਾਲ ਡਰਾ ਨਿਕਲਦਾ। ਇਸ ਕਰਕੇ ਮੈਂ ਉਸ ਤੋਂ ਬਾਅਦ ਬੋਲ ਨਹੀਂ ਸਕਿਆ ਤੇ ਕਾਂਗਰਸ ਪਾਰਟੀ ਨੇ 100 ਜਿਹੜੇ MP ਆ ਉਹਨਾਂ ਨੂੰ ਸਾਰਿਆਂ ਨੂੰ 5-5, 7-7 ਮਿੰਟ ਬੋਲਣ ਦਾ ਮੌਕਾ ਦੇਣਾ ਸੀ। ਕਈਆਂ ਨੂੰ ਥੋੜਾ ਜ਼ਿਆਦਾ ਵੀ ਮਿਲਿਆ। ਮਨ ਦੀਆਂ ਮਨ ਵਿੱਚ ਰਹਿ ਗਈਆਂ ਔਰ ਜਿਹੜਾ ਮੈਂ ਬੋਲਿਆ ਉਹ ਮੈਂ ਸਪੀਕਰ ਸਾਹਿਬ ਦੀ ਮਿੰਤ ਤੇ ਬੇਨਤੀ ਕਰਕੇ ਤਰਲਾ ਮੱਛੀ ਕਰਕੇ ਇੱਧਰ ਉੱਧਰ ਆਪਦੇ 2 ਮਿੰਟ ਲਏ ਜਿੱਥੇ ਮੈਂ ਪੰਜਾਬ ਦੇ ਉਸ ਮਹਾਨ ਸਪੁੱਤਰ ਜਿਹਨੇ ਦੁਨੀਆਂ ਦੇ ਵਿੱਚ ਆਪਣਾ ਨਾਂ ਪੈਦਾ ਕੀਤਾ ਪੰਜਾਬੀ ਦਾ, ਉਹਦੇ ਬਾਰੇ, ਪੰਜਾਬ ਦੀ ਕਿਸਾਨੀ ਬਾਰੇ ਤੇ ਲੁਧਿਆਣੇ ਦੀ ਇੰਡਸਟਰੀ ਬਾਰੇ ਉਹ 5-7 ਮਿੰਟਾਂ ਦੇ ਵਿੱਚ। ਪਰ ਜੋ ਗੈਂਗਸਟਰਾਂ ਦਾ ਪ੍ਰਕੋਪ ਚੱਲ ਰਿਹਾ ਪੰਜਾਬ ਦੇ ਅੰਦਰ ਉਹਦੇ ਬਾਰੇ ਬੋਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਸੱਚੇ ਪਾਤਸ਼ਾਹ ਕਿਰਪਾ ਕਰੇ ਕਦੇ ਬੋਲਣ ਦਾ ਮੌਕਾ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਦੇ 10-15 ਮਿੰਟ ਜਿੱਦੇ ਮਿਲਿਆ ਉਸ ਦਿਨ ਇਹ ਗੱਲ ਜ਼ਰੂਰ ਕਹਾਂਗਾ ਕਿ ਮੈਨੂੰ ਮਾਣ ਹੈ ਸਾਡੇ ਪੰਜਾਬ ਤੇ, ਮੈਂ ਉਸ ਧਰਤੀ ਦਾ ਬਛਿੰਦਾ ਹੈ ਜਿਸ ਧਰਤੀ ਦੇ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਔਰ ਅਖੰਡਤਾ ਦੇ ਵਿੱਚ ਸਭ ਤੋਂ ਵੱਡਾ, ਛੋਟੇ ਸੂਬੇ ਨੇ ਲੇਕਿਨ ਸਭ ਤੋਂ ਵੱਡਾ ਯੋਗਦਾਨ ਪਾਇਆ। ਅੱਜ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਲਾਲ ਕਿਲੇ ਤੇ ਝੰਡਾ ਲਹਿਰਾ ਰਿਹਾ ਔਰ ਸਭ ਤੋਂ ਵੱਡਾ ਯੋਗਦਾਨ ਉਸ ਲਾਲ ਕਿਲੇ ਦੇ ਝੰਡੇ ਲਹਿਰਾਉਣ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਹੈ। ਕਿਉਂਕਿ ਇਹ ਸ਼ਹੀਦ ਜਦੋਂ ਮੈਂ ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਾ ਹੈ ਉਦੋਂ ਮੇਰੇ ਲੂ ਕੰਢੇ ਖੜੇ ਹੋ ਜਾਂਦੇ ਆ, 19 ਸਾਲ ਦਾ ਉਹ ਨੌਜਵਾਨ। ਜਦੋਂ ਭਗਤ ਸਿੰਘ ਦੀ ਗੱਲ ਕਰਦਾ ਹੈ ਤੇ ਜਿਹੜਾ ਸਰੀਰ ਦੇ ਵਿੱਚ ਖੂਨ ਦਾ ਦੌਰਾ ਉਹ ਤੇਜ਼ ਹੋ ਜਾਂਦਾ ਮੇਰੇ ਸਤਿਕਾਰਯੋਗ ਪੰਜਾਬ ਦੇ ਲੋਕੋ। ਤੇ ਜਦੋਂ ਸ਼ਹੀਦ ਊਧਮ ਸਿੰਘ ਦੀ ਗੱਲ ਕਰਦਾ ਹੈ ਕਿ 21 ਸਾਲਾਂ ਬਾਅਦ ਉਸ ਮਾਂ ਦੇ ਪੁੱਤ ਨੇ ਇੰਗਲੈਂਡ ਦੀ ਧਰਤੀ ਤੇ ਜਾ ਕੇ ਕਿਤਾਬ ਦੇ ਵਿੱਚ ਪਸਤਾਉ ਲਾ ਕੇ ਪੰਜਾਬ ਦੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਹੈ।
ਉਦੋਂ ਤਾਂ ਫਿਰ ਕੀ ਪੁੱਛ ਲਿਓ, ਇਹ ਲੱਗਦਾ ਕਿ ਇੱਕ ਵੱਖਰੀ ਕਿਸਮ ਦਾ ਨਸ਼ਾ ਸਰੀਰ ਦੇ ਵਿੱਚ ਆ ਗਿਆ। ਸੋ ਉਹਨਾਂ ਸ਼ਹੀਦਾਂ ਦੀ ਬਦੌਲਤ ਜਿਹੜੇ ਕਾਲੇ ਪਾਣੀ ਗਏ, ਜਿਨ੍ਹਾਂ ਦੇ ਪੈਰਾਂ 'ਚ ਜੰਜੀਰਾਂ ਝੱਲੀਆਂ, ਸਾਨੂੰ ਅੱਜ ਸਾਡਾ ਦੇਸ਼ ਆਜ਼ਾਦ ਕਰਾ ਕੇ ਦਿੱਤਾ ਹੈ। ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਆਜ਼ਾਦੀ ਦੇ ਤਿਹਾੜੇ ਤੇ, ਬੇਸ਼ੱਕ ਸਾਨੂੰ ਹਜ਼ਾਰਾਂ ਕੰਮ ਨੇ ਹਰ ਵਿਅਕਤੀ ਨੂੰ, ਜਿਸ ਧਰਤੀ ਤੇ ਅਸੀਂ ਪੈਦਾ ਹੋਏ ਹਾਂ, ਜਿਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਦੇਸ਼ ਤਿਰੰਗੇ ਦੇ ਸ਼ਾਨ ਦੇ ਥੱਲੇ ਅਸੀਂ ਖੜੇ ਹਾਂ, ਸਾਡਾ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਇਸ ਦੇਸ਼ ਦੇ ਪ੍ਰਤੀ, ਬੇਸ਼ੱਕ ਅਸੀਂ ਆਪਣੇ ਪਰਿਵਾਰਾਂ ਦੀ ਸੁੱਖ ਮੰਗਦੇ ਹਾਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ, ਰਿਸ਼ਤੇਦਾਰਾਂ ਦੀ ਮੰਗਦੇ ਹਾਂ, ਅਸੀਂ ਆਪਣੇ ਕੰਮ ਕਾਰ ਕਰਦੇ ਹਾਂ, ਲੇਕਿਨ ਸਾਡਾ ਹਰੇਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਤਕੜੇ ਹੋ ਕੇ ਦੇਸ਼ ਸੇਵਾ ਦੇ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ, ਚਾਹੇ ਉਹ ਥੋੜਾ ਹੋਵੇ ਤੇ ਚਾਹੇ ਉਹ ਵੱਡਾ ਹੋਵੇ, ਕਿਉਂਕਿ ਇਸ ਦੁਨੀਆਂ ਤੋਂ ਚਲੇ ਸਭ ਨੇ ਜਾਣਾ, ਔਰ ਜਿਹੜੇ ਲੋਕ ਕੌਮਾਂ ਦੇ ਵਾਸਤੇ ਔਰ ਦੇਸ਼ ਦੇ ਵਾਸਤੇ ਕੁਝ ਨਾ ਕੁਝ ਤਿਆਗ ਕਰਦੇ ਨੇ, ਬਲੀਦਾਨ ਕਰਦੇ ਨੇ, ਉਹਨਾਂ ਨੂੰ ਹਮੇਸ਼ਾ ਲੋਕ ਯਾਦ ਕਰਦੇ ਨੇ। ਉਸੇ ਤਰ੍ਹਾਂ ਹੀ ਪੰਜਾਬ ਧਰਤੀ ਹੈ ਮੇਰੇ ਸਰਕਾਰੀ ਉਪਰਾਓ, ਇਹ ਸੋਨੇ ਦੀ ਚਿੜੀ ਹੋਇਆ ਕਰਦਾ ਸੀ ਪੰਜਾਬ, ਮੈਂ ਕਿਸੇ ਨੂੰ, ਅਸੀਂ ਸਾਰੇ ਜ਼ਿੰਮੇਦਾਰ ਹਾਂ, ਮੈਂ ਕਿਸੇ ਨੂੰ ਕਿਸੇ ਦੇ ਕੋਈ ਇਲਜ਼ਾਮ ਨਾ ਲਾਉਂਦਾ ਹੋਇਆ, ਬਹੁਤ ਸਾਰੀਆਂ ਅਸੀਂ ਜ਼ਾਬੀਆਂ ਜ਼ਿੰਮੇਦਾਰੀਆਂ ਜਿਹੜੀਆਂ ਅਸੀਂ ਨਿਭਾ ਸਕਦੇ ਸਾਂ, ਪਤਾ ਨਹੀਂ ਕਿਸ ਮਜਬੂਰੀਆਂ ਕਰਕੇ ਉਹ ਅਸੀਂ ਨਿਭਾ ਨਹੀਂ ਸਕੇ। ਅੱਜ ਮੇਰੇ ਪੰਜਾਬ ਦਾ ਬਹੁਤ ਮਾੜਾ ਹਾਲ ਹੋ ਗਿਆ ਕਸਤੂਰੀ ਦੀ, ਅਗਰ ਉਹਦੀ ਮੈਂ ਕਲਪਨਾ ਕਰਾਂ, ਠੀਕ ਹੈ ਤੁਹਾਨੂੰ ਗੱਡੀਆਂ ਜਾਂਦੀਆਂ ਵੇਖ ਰਹੀਆਂ ਸੜਕਾਂ ਤੇ, ਤੁਹਾਨੂੰ ਵੇਖ ਰਿਹਾ ਕਿ ਫਲਾਂ ਬੰਦਾ ਠੀਕ ਚੱਲ ਰਿਹਾ, ਜਹਾਜ਼ ਚੱਲਦੇ ਵੇਖ ਰਿਹਾ, ਲੇਕਿਨ ਅੰਦਰਲੇ ਪਾਸਿਓ ਜਿਹੜਾ ਪੰਜਾਬ ਹੈ ਉਹ ਦਿਨ ਬਦਿਨ ਪਿੱਛੇ ਹੁੰਦਾ ਜਾ ਰਿਹਾ ਔਰ ਖੋਖਲਾ ਹੁੰਦਾ ਜਾ ਰਿਹਾ। ਜਿਹੜਾ ਸਿਉਣੇ ਦੀ ਚਿੜੀ ਹੋਇਆ ਕਰਦਾ ਸੀ, ਅੱਜ ਦੇਸ਼ ਦੇ ਵਿੱਚ 25ਵੇਂ 26ਵੇਂ ਨੰਬਰ ਤੇ ਹਨ, ਉਹਦੇ ਵਿੱਚ ਕਿਸੇ ਦਾ ਵੱਧ ਯੋਗਦਾਨ ਹੈ ਔਰ ਕਿਸੇ ਦਾ ਘੱਟ ਯੋਗਦਾਨ ਹੈ। ਮੇਰੇ ਪੰਜਾਬ ਦੇ ਲੋਕਾਂ ਹੁਣ ਜਾਗਣਾ ਹੋਏਗਾ, ਹੁਣ ਮੂਰਖ ਨਹੀਂ ਬਣਨਾ ਹੋਏਗਾ। ਕਈ ਵਾਰੀ ਵੋਟ ਰਾਜ ਦੇ ਪਿੱਛੇ ਸਾਡੀਆਂ ਸਰਕਾਰਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਕੰਮ ਕੀਤਾ, ਪਰ ਇਸ ਕਰਕੇ ਸਾਡਾ ਪੰਜਾਬ ਪਿੱਛੇ ਹੁੰਦਾ ਗਿਆ, ਹੁੰਦਾ ਗਿਆ, ਹੁੰਦਾ ਗਿਆ। 12 ਸਾਲ ਮੈਂ ਤਕਰੀਬਨ 12.5 ਸਾਲ ਪੰਜਾਬ ਦੀ ਵਿਧਾਨ ਸਭਾ ਚ ਮੈਂ ਗੁਜ਼ਾਰੇ, ਲੇਕਿਨ ਇੱਕ ਦਿਨ ਚੰਗੇ ਤਰੀਕੇ ਦੇ ਨਾਲ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਮੁੱਦੇ ਤੇ ਚਰਚਾ ਨਹੀਂ ਕੀਤੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਕਿਵੇਂ ਖਤਮ ਹੋ ਸਕਦਾ ਹੈ। ਸੱਚ ਕਹਿ ਰਹੇ ਇਹਦੇ ਤੇ ਚਰਚਾ ਗੰਭੀਰ ਮੁੱਦਾ ਹੈ। ਠੀਕ ਹੈ ਰਾਜਾ ਰੁਪਿੰਦਰ ਸਿੰਘ ਗਿੱਲ ਸਾਹਿਬ, ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਉਜੜ ਗਈਆਂ, ਪੰਜਾਬ ਦੀਆਂ ਜਵਾਨ ਭੈਣਾਂ ਦੇ ਸੁਹਾਗ ਉਜੜ ਗਏ ਨੇ, ਤੇ ਉਹ ਮਜਬੂਰ ਹੋ ਗਿਆ ਆਪਣੇ ਪੁੱਤ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਵਾਸਤੇ 21 ਸਾਲਾਂ ਦੇ ਨੌਜਵਾਨ, ਕਦੇ 24 ਸਾਲਾਂ ਦੇ ਨੌਜਵਾਨ। ਮਾਂ ਸ਼ਰਮ ਕਰ ਰਹੀ ਹੈ, ਦੱਸ ਨਹੀਂ ਰਹੀ ਕਿ ਮੇਰਾ ਪੁੱਤ ਨਸ਼ੇ ਦੀ ਹਾਲ ਦੇ ਵਿੱਚ ਦਲਦਲ ਦੇ ਵਿੱਚ ਧੱਸਦਾ ਜਾ ਰਿਹਾ ਹੈ, ਜਦੋਂ ਮੌਤ ਹੁੰਦੀ ਹੈ ਫਿਰ ਕਹਿੰਦੀ ਮਰ ਗਿਆ, ਉਹ ਦੱਸਦੀ ਨਹੀਂ ਹੈ ਸ਼ਰਮ ਦੇ ਨਾਲ। ਇਹ ਪੰਜਾਬ ਦੇ ਅੱਖੀ ਦਿੱਠਾ ਹੈ ਹਰ ਪਿੰਡ ਪਿੰਡ ਦਾ,
ਚਾਰ ਗੁਣੇ ਨਸ਼ਾ ਵਧਿਆ ਅਗਲੇ ਢਾਈ ਸਾਲਾਂ ਦੇ ਵਿੱਚ। ਨਸ਼ਾ ਪਹਿਲਾਂ ਵੀ ਸੀਗਾ, ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਪਾਰਟੀ ਦੇ ਦਰਮਿਆਨ ਨਸ਼ਾ ਨਹੀਂ ਸੀਗਾ, ਇਹ ਚੱਲਿਆ। ਅੱਜ ਜਿਨ੍ਹਾਂ ਦੀ ਜੜ ਮਿਲਦੀ ਜਾ ਰਹੀ ਹੈ, ਚਲਾਇਆ ਮਾਨਿਆ ਸ਼ੇਰਾਂ ਨੇ, ਅਕਾਲੀ ਦਲ ਵਾਲਿਆਂ ਨੇ, ਇਹਦਾ ਮਾਫੀਆ ਸ਼ੁਰੂ ਹੋਇਆ ਕਿ ਅੱਜ ਉਹਨਾਂ ਦੀ ਜੜ ਮਿਲਦੀ ਜਾ ਰਹੀ ਹੈ। ਤਿੰਨ MLA ਸਨ ਜਿਹਦੇ ਵਿੱਚੋਂ ਅਯਾਲੀ ਸਾਹਿਬ ਦਾ ਬਾਦਲ ਨਾਲ ਜਾਂਦਾ ਨਹੀਂ, ਤੇ ਦੋ ਇੱਕ ਮਜੀਠੀਆ ਸਾਹਿਬ ਦੀ ਧਰਮ ਪਤਨੀ, ਔਰ ਦੂਜਾ ਇੱਕ ਹੋਰ ਜਿਹੜਾ MLA ਸੀ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ। ਜਾਣੀ ਕਿ ਇੱਕ MLA ਅਕਾਲੀ ਦਲ ਦੀ 100 ਸਾਲ ਪੁਰਾਣੀ ਪਾਰਟੀ ਕੋਲੇ ਇੱਕ MLA ਉਹ ਵੀ ਮਜੀਠੀਆ ਸਾਹਿਬ ਦੀ ਧਰਮ ਪਤਨੀ ਬਣੀ। ਗੁਰੂ ਸਾਹਿਬ ਦੀ ਬੇਅੰਤੀ ਤੇ ਮਾਫੀਆ ਰਾਜ ਇਹ ਅਕਾਲੀ ਦਲ ਦੇ ਵੇਲੇ ਸ਼ੁਰੂ ਹੋਇਆ ਸੀ। ਚਾਹੇ ਉਹ ਟਰਾਂਸਪੋਰਟ ਮਾਫੀਆ ਸੀ, ਚਾਹੇ ਉਹ ਡਰੱਗ ਮਾਫੀਆ ਸੀ, ਚਾਹੇ ਉਹ ਰੇਤ ਮਾਫੀਆ ਸੀ, ਕੋਈ ਮਾਫੀਆ, ਇਹ ਸ਼ੁਰੂ ਹੋਣ 10 ਸਾਲਾਂ ਦੇ ਸੁਰਜੀਤ ਸਿੰਘ ਦੇ ਰਾਜ ਦੇ ਵਿੱਚ ਹੋਇਆ। ਫਿਰ ਇਹ ਚੱਲਦਾ ਚੱਲ ਗਿਆ। ਤੁਸੀਂ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਬਣਾਇਆ, 2-2.5 ਸਾਲ ਕਰੋਨਾ ਦੇ ਰਹੇ, ਉਹ ਵੀ ਆਰਾਮ ਪ੍ਰਸਤੀ ਕਰਦਾ, ਕੋਈ ਬਹੁਤਾ ਗੌਰ ਇਸ ਪੰਜਾਬ ਦੇ ਲੋਕਾਂ ਦੇ ਵਾਸਤੇ ਨਹੀਂ ਫਰਮਾਇਆ। ਪਰ ਫਿਰ ਤੁਸੀਂ ਲੋਕਾਂ ਨੇ ਪਰੇਸ਼ਾਨ ਹੋ ਕੇ ਇੱਕ ਬਦਲਾਵ ਦਾ ਮੁੱਖ ਮੰਤਰੀ ਲੈ ਕੇ ਆਏ, ਜਿਹਦਾ ਨਾਮ ਭਗਵੰਤ ਸਿੰਘ ਮਾਨ, ਜਿਹਦੇ ਤੋਂ ਬੜੀਆਂ ਅਸਰ ਸਨ ਇੱਕ ਆਮ ਵਿਅਕਤੀ ਨੂੰ ਲੈ ਕੇ ਆਏ। ਲੇਕਿਨ ਉਸ ਬੰਦੇ ਨੇ ਪੰਜਾਬ ਦਾ ਹਾਲਾਤ ਐਸੇ ਕਰਦੇ ਹੈ, ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਨ। ਅੱਜ ਲੋੜ ਹੈ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੀ, ਅੱਜ ਲੋੜ ਹੈ ਪੰਜਾਬ ਨੂੰ ਇੱਕ ਤਿਆਰ ਕਰਨ ਵਾਲੇ ਲੋਕਾਂ ਦੀ ਜਿਹੜੇ ਪੰਜਾਬ ਨੂੰ ਬਚਾ ਸਕਣ। ਇਹਨਾਂ ਨੇ ਨਹਿਰ ਦੀ ਗੱਲ ਕੀਤੀ ਹੈ, ਇਹ ਸਾਡਾ ਮਾਲਵਾ ਨਹਿਰ ਹੁਣ ਯਾਦ ਆ ਗਿਆ ਕਿਉਂਕਿ ਜਿੰਦਰਵਾਲ ਦਾ ਬਾਈ ਇਲੈਕਸ਼ਨ ਹੈ, ਤੇ ਨਹਿਰ ਮਾਲਵਾ ਨਹਿਰ ਉਹਨਾਂ ਪਿੰਡਾਂ ਵਿੱਚ ਵੀ ਕੱਢਣ ਦਾ ਜਿਹੜੀ ਤਸਵੀਰ ਬਣਾਈ ਹੈ, ਜਿਹਦੀ ਕੋਈ ਹੋਂਦ ਨਹੀਂ, ਹਜੇ ਜ਼ਮੀਨ ਖਰੀਦੀ ਨਹੀਂ, ਹਜੇ ਰਾਜਸਥਾਨ ਦਾ ਐਗਰੀਮੈਂਟ ਨਹੀਂ ਹੋਇਆ। ਜੇ ਰਾਜਸਥਾਨ ਆਪਦੀ ਜ਼ਮੀਨ ਦੇਗਾ ਤੇ ਰਾਜਸਥਾਨ ਨਾਲ ਐਗਰੀਮੈਂਟ ਹੋਏਗਾ ਕਿ ਕਿੰਨਾ ਪਾਣੀ ਅਸੀਂ ਰਾਜਸਥਾਨ ਨੂੰ ਦੇ ਰਹੇ ਹਾਂ। ਮੇਰੇ ਮੁਤਾਬਕ ਇਹ 20 ਕਿਊਸਿਕ ਦੀ ਜਿਹੜੀ ਨਹਿਰ ਹੈ, ਇਹਦੇ ਚੋਂ 7 ਤੋਂ 8 ਕਿਊਸਿਕ ਜਿਹੜਾ ਪਾਣੀ ਹੈ ਇਹ ਰਾਜਸਥਾਨ ਲਏਗਾ, ਔਰ ਕਈ ਥਾਵਾਂ ਤੇ ਜ਼ਮੀਨ ਖਰੀਦਣੀ ਪਏਗੀ, ਲਿਫਟ ਕਰਕੇ ਪਾਨਪੁਰ ਪਾਣੀ ਚ ਲੈ ਕੇ ਜਾਣਾ ਹੈ, ਨਹਿਰ ਲਿਫਟ ਕਰਨਾ ਪਏਗਾ, ਚਲਦੇ ਵਾਲੇ ਪਾਸੇ ਕਦੇ ਪਾਣੀ ਜਾਂਦਾ ਨਹੀਂ। ਕਹਿਣ ਦਾ ਭਾਵ ਕੇਵਲ ਤੇ ਕੇਵਲ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਗੱਲਾਂ ਕੀਤੀਆਂ ਜਾ ਰਹੀਆਂ ਨੇ। ਬਿਲਕੁਲ 1,000 ਰੁਪਇਆ ਪਹਿਲਾਂ ਦੇਣਾ ਸੀਗਾ, ਜਿਹੜਾ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਅਗਸਤ ਦੇ ਮਹੀਨੇ। ਇਹ ਕਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਾਈ ਸੀ ਕਿ 1 ਸਾਲ ਦੇ ਵਿੱਚ ਮੈਂ ਨਸ਼ਾ ਖਤਮ ਕਰ ਦਿਆਂਗਾ। ਇਹ ਸਾਰੀਆਂ ਜਿਹੜੀਆਂ ਗੱਲਾਂ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਹੁਣ ਦੀ ਸਰਕਾਰ ਨੇ ਕੀਤੀਆਂ। ਇਹ ਪੰਜਾਬ ਪਿੱਛੇ ਜਾਂਦਾ ਜਾ ਰਿਹਾ ਹੈ, ਤੁਹਾਨੂੰ ਲੱਗਦਾ ਕਿ ਸਰਕਾਰ ਚੱਲ ਰਹੀ ਹੈ, ਨਹੀਂ ਸਰਕਾਰ ਨਹੀਂ ਚੱਲ ਰਹੀ ਹੈ। ਠੀਕ ਹੈ ਸਰਦਾਰ ਅਮਰ ਸਿੰਘ ਜੀ ਨੇ 1.5 ਮਹੀਨੇ ਤੱਕ ਹੋ ਸਕਦਾ ਪੰਜਾਬ ਦੇ ਖਜ਼ਾਨੇ ਨੂੰ ਤਾਲਾ ਲੱਗ ਜਾਏ, ਟ੍ਰੈਜਰੀ ਨੂੰ ਇੰਨਾ ਮਾੜਾ ਹਾਲ ਹੈ ਪੰਜਾਬ ਦੇ ਖਜ਼ਾਨੇ ਦਾ, ਹਰ ਸੜਕ ਤੇ ਧਰਨਾ ਲੱਗ ਰਿਹਾ, ਕਿਸਾਨ ਬੇਚੈਨ ਹੈ, ਮਜ਼ਦੂਰ ਬੇਚੈਨ ਹੈ,
ਵਪਾਰੀ ਬੇਚੈਨ ਹੈ, ਜਿਹੜੇ ਇੰਪਲਾਈਜ਼ ਹੈ ਸਾਡੇ ਕੰਮ ਹੈ ਉਹ ਸੜਕਾਂ ਤੇ ਹੈ, ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮ ਤੇ ਛੂ ਨਹੀਂ ਸਕਰੀ। ਚਰਨ ਸੀਮਾ ਤੇ ਕਤਲੇਆਮ, ਪੰਜਾਬ ਦਾ ਲਾ ਐਂਡ ਆਰਡਰ ਠੀਕ ਕਰ ਗਈ ਗੁਰਕੀਰਤ ਜੀ ਨੇ ਖੰਨਾ ਦੇ ਸਾਡੇ ਮੰਦਰ ਦੀ। ਕਦੇ ਐਸੀਆਂ ਘਟਨਾਵਾਂ ਆਤਮਾ ਦੇ ਸਮੇਂ ਨਹੀਂ ਹੋਈਆਂ, ਕਦੇ ਕਾਲੀ ਮਾਤਾ ਦੇ ਮੰਦਰ ਤੇ ਅਟੈਕ, ਕਦੇ ਇਸ ਤਰ੍ਹਾਂ ਸ਼ਿਵਜੀ ਮਹਾਰਾਜ ਜੀ ਦੇ ਮੰਦਰ ਤੇ ਅਟੈਕ। ਇਹ ਪਤਾ ਨਹੀਂ ਮੇਰੇ ਦੇਸ਼ ਨੂੰ ਕੀ ਹੁੰਦਾ ਜਾ ਰਿਹਾ, ਮੇਰੇ ਪ੍ਰਦੇਸ਼ ਨੂੰ ਕੀ ਹੁੰਦਾ ਜਾ ਰਿਹਾ। ਦੇਸ਼ ਦੇ ਅੰਦਰ ਬੈਠੀਆਂ ਤਾਕਤਾਂ ਦੋਵੇਂ ਸਰਕਾਰਾਂ ਪੰਜਾਬ ਤੋਂ ਮੂੰਹ ਮੋੜ ਚੁੱਕੀਆਂ ਹਨ। ਮੇਰੇ ਸਰਕਾਰੀ ਭਰਾਓ, ਉਹ ਅੱਖੀ ਮਿੱਠਾ ਦੇਖਣਾ ਚਾਹੁੰਦੇ, ਕਿਉਂਕਿ 26 ਸਾਲਾਂ ਚ ਪਹਿਲੀ ਵਾਰ ਬੇਸ਼ੱਕ ਲੋਕਾਂ ਨੂੰ ਲਾਲਚ ਲੈ ਕੇ ਮਾੜੀ ਮੋਟੀ ਵੋਟ ਪਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਲੇਕਿਨ 26 ਸਾਲਾਂ ਚ ਕੌਣ ਪਹਿਲੀ ਵਾਰੀ ਹੋਇਆ ਕਿ ਬੀਜੇਪੀ ਨੈਕਸਟ ਸੀ ਪੰਜਾਬ ਦੇ ਵਿੱਚ ਨਹੀਂ ਆਈ। ਪਹਿਲਾਂ ਗੁਰਦਾਸਪੁਰ ਦੀ ਕਦੇ ਨਾ ਕਦੇ ਆ ਜਾਂਦੀ ਸੀ, ਕਦੇ ਹੁਸ਼ਿਆਰਪੁਰ ਦੀ ਆ ਜਾਂਦੀ ਸੀ। ਇਹ ਪਹਿਲੀ ਵਾਰੀ ਹੋਇਆ 26 ਸਾਲਾਂ ਇੱਕ ਸੀ ਬੀਜੇਪੀ ਨੂੰ ਨਹੀਂ ਆਈ। ਔਰ ਮੈਂ ਇਹ ਫਖਰ ਨਾਲ ਕਹਿ ਸਕਦੇ ਇਹ ਠੀਕ ਹੈ, ਅਮਰ ਸਿੰਘ ਜੀ ਹੁਣਾਂ ਨੇ ਜਾਂ ਰਾਜਾ ਜੀ ਨੇ ਗੁਰਕੀਰਤ ਜੀ ਨੇ ਲੱਖਾ ਜੀ ਨੇ ਕਿ ਅਸੀਂ ਸੱਤ ਸਿੱਧਾਂ ਦਿੱਤੀਆਂ। ਇਹ ਰਾਜਾ ਬੜੇ ਦੀ ਜਿੱਤ ਨਹੀਂ ਆ, ਇਹ ਪ੍ਰਤਾਪ ਸਿੰਘ ਬਾਦਲੇ ਦੀ ਜਿੱਤ ਨਹੀਂ ਆ, ਇਹ ਬਲਾਕਾਂ ਚ ਬੈਠੇ ਸਾਡੇ ਪਿੰਡਾਂ ਦੇ ਸਰਪੰਚਾਂ ਦੇ ਬਲਾਕ ਸੰਮਤੀ ਮੈਂਬਰ ਦੇ ਮੈਂਬਰ ਪੰਚਾਇਤਾਂ ਦੇ ਖਿਲਾਫ ਪਰਿਸ਼ਦ ਮੈਂਬਰਾਂ ਤੇ ਕੌਂਸਲਰਾਂ ਦੀ ਜਿੱਤ ਹੈ, ਰਾਜੇ ਬੜੀ ਦੀ ਜਿੱਤ ਨਹੀਂ ਹੈ, ਸਾਡੀ ਜਿੱਤ ਨਹੀਂ ਆ। ਇਹ ਤੁਸੀਂ ਲੋਕਾਂ ਨੇ ਫਤਵਾ ਕੀਤਾ ਤੇ ਤਾਂ ਪੰਜਾਬ ਦੇ ਵਿੱਚ ਸੱਤ ਸਿੱਧਾਂ ਅਸੀਂ ਜਿੱਤ ਕੇ ਆਏ ਹਾਂ, ਚਾਰ ਸਿੱਧਾਂ ਮਾਲਵੇ ਚੋਂ, ਇੱਕ ਫਤਿਹਗੜ੍ਹ ਸਾਹਿਬ, ਇੱਕ ਪਟਿਆਲਾ, ਇੱਕ ਫਿਰੋਜ਼ਪੁਰ, ਇੱਕ ਲੁਧਿਆਣਾ, ਤੇ ਦੋ ਸਿੱਧਾਂ ਅਸੀਂ ਮਾਝਾ, ਅੰਮ੍ਰਿਤਸਰ ਤੇ ਗੁਰਦਾਸਪੁਰ ਤੇ ਇੱਕ ਦੁਆਬਾ ਜਲੰਧਰ ਦੀ ਸੀਟ ਅਸੀਂ ਜਿੱਤੇ। ਔਰ ਅਸੀਂ ਕਿਆ ਕਰਦੇ ਸਾਂ, ਜਦੋਂ ਟੀਵੀ ਵਾਲੇ ਪੁੱਛਦੇ ਸੀ ਮੈਨੂੰ ਵੀ ਕਿਹੜਾ ਜ਼ਿਲ੍ਹਾ ਕਿਹਾ, ਮੈਂ ਹਮੇਸ਼ਾ ਕਹਿੰਦਾ ਸੀ ਸਭ ਤੋਂ ਵੱਡੀ ਪਾਰਟੀ ਤੇ ਸਭ ਤੋਂ ਵੱਧ ਸਿੱਧਾ ਅਸੀਂ ਜਿੱਤਾਂਗੇ। ਸੱਚੇ ਪਾਤਸ਼ਾਹ ਨੇ ਉਹੀ ਕਿਰਪਾ ਕੀਤੀ ਹੈ, ਠੀਕ ਹੈ ਅਮਰ ਸਿੰਘ ਜੀ ਨੇ, ਹੁਣ ਬਾਬੇ ਝੂਠ ਨਹੀਂ ਚੱਲਿਆ ਕਰਦੇ ਲੀਡਰਾਂ ਦੇ। ਸਾਨੂੰ ਗੰਭੀਰਤਾ ਦੇ ਨਾਲ ਸੋਚਣਾ ਪਏਗਾ, ਲੋਕ ਉਹ ਲੀਡਰ ਨਾਲ ਤੱਕਣਾ ਚਾਹੁੰਦੇ ਨੇ ਜਿਹੜੇ ਸੱਚ ਬੋਲਣ, ਬੇਸ਼ੱਕ ਕੌੜਾ ਲੱਗੇ, ਬੇਸ਼ੱਕ ਕੌੜਾ ਹੋਵੇ, ਲੇਕਿਨ ਲੀਡਰ ਮੰਚ ਤੋਂ ਸੱਚ ਬੋਲੇ। ਅੱਜ ਨਹੀਂ ਤਾਂ ਕੱਲ੍ਹ ਤੇ ਕੱਲ੍ਹ ਨਹੀਂ ਤਾਂ ਪਰਸੋਂ ਪੰਜਾਬ ਦੇ ਲੋਕ ਉਸ ਲੀਡਰ ਨੂੰ ਤਰਜੀਹ ਦੇਣ ਲੱਗਣਗੇ। ਜਿਹੜੇ ਲੋਕ ਝੂਠ ਬੋਲਣਗੇ ਤੇ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਉਣ ਦਾ ਕੰਮ ਕਰਨਗੇ, ਉਹਨਾਂ ਲੋਕਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਰਾਤੋ ਰਾਤ ਜਿਹੜੇ ਤਾਰੇ ਜ਼ਮੀਨ ਤੇ ਉਤਾਰਨ ਦੀ ਗੱਲ ਕਰਨਗੇ, ਉਹਨਾਂ ਲੋਕਾਂ ਨੂੰ ਲੋਕ ਮੂੰਹ ਨਹੀਂ ਲਾਉਣਗੇ। ਮੇਰੀ ਤੁਹਾਨੂੰ ਬੇਨਤੀ ਹੈ, ਤਕੜੇ ਰਹੋ, ਸਮਾਂ ਆਉਂਦਾ ਜਾਂਦਾ ਹੈ। ਪਰ ਜਿਹੜੇ ਲੋਕ ਸਬਰ ਰੱਖਦੇ ਹੈ ਉਹਨਾਂ ਨੂੰ ਫਲ ਮਿਲਦਾ ਹੈ। ਕਈ ਲੋਕ ਬੜੇ ਉਤੇਜਨਾ ਚ ਹੈ, ਕਈ ਲੋਕ ਬੜੇ ਚਲੇ ਗਏ, ਕਈਆਂ ਨੇ ਪਾਰਟੀਆਂ ਛੱਡਤੀਆਂ, ਉਹਨਾਂ ਨੂੰ ਲੱਗਿਆ ਕਿ ਕਾਂਗਰਸ ਦਾ ਸਮਾਪਤੀ ਸਮਾਂ ਹੋ ਗਿਆ, ਇਸ ਕਰਕੇ ਪਾਰਟੀਆਂ ਛੱਡ ਕੇ ਚਲੇ ਗਏ। ਪਿੰਡਾਂ ਦੇ ਲੋਕ ਲਾਲਚ ਆ ਗਏ, ਲੀਡਰ ਤੁਹਾਡੇ ਪਹਿਲਾਂ ਲਾਲਚ ਆ ਗਏ, ਲੇਕਿਨ ਜਿਹੜੇ ਲੋਕ ਸਬਰ ਰੱਖਣਗੇ ਔਰ ਆਪਣੇ ਕੰਮ ਨਾਲ ਧਿਆਨ ਰੱਖ ਕੇ ਚਲੇ ਤੁਰੇ ਰਹਿਣਗੇ, ਸੱਚੇ ਪਾਤਸ਼ਾਹ ਉਹਨਾਂ ਤੇ ਅਪਾਰ ਕਿਰਪਾ ਕਰੇਗਾ। ਹਰ ਵਿਅਕਤੀ ਤੇ
ਚੰਗਾ ਮਾੜਾ ਸਮਾਂ ਆਉਂਦਾ ਰਹਿੰਦਾ ਮੇਰੇ ਸਤਿਕਾਰੀ ਉਪਰਾਓ। ਇਹ ਕੁਦਰਤ ਦਾ ਨਿਯਮ ਹੈ, ਜੇ ਮਾੜੇ ਸਮੇਂ ਦਿਲ ਛੱਡ ਕੇ ਤੁਸੀਂ ਭੱਜ ਗਏ ਤਾਂ ਫਿਰ ਸਮਝ ਲਓ ਤੁਹਾਡਾ ਕੰਮ ਖਰਾਬ ਹੋ ਗਿਆ। ਮੇਰੀ ਬੇਨਤੀ ਹੈ ਜਿਸ ਪ੍ਰਕਾਰ ਤੁਸੀਂ ਲੱਗੇ ਹੋ ਇਸੇ ਪ੍ਰਕਾਰ ਲੱਗੇ ਰਹੋ। ਸਾਨੂੰ ਲੱਗਦਾ ਸੀਗਾ ਇਸ ਵਾਰੀ ਕਿ ਪਾਰਲੀਮੈਂਟ ਦੇ ਵਿੱਚ ਪਤਾ ਨਹੀਂ ਕੀ ਕਰੋਗੇ, ਲੇਕਿਨ ਤੁਸੀਂ ਲੋਕਾਂ ਨੇ ਅਮਰ ਸਿੰਘ ਜੀ ਨੂੰ ਦੂਜੀ ਵਾਰੀ ਦਿੱਤਾ ਕੇ ਇੱਕ ਵੱਡਾ ਫਤਵਾ ਫਤਿਹਗੜ੍ਹ ਦੇ ਪਾਰਲੀਮੈਂਟ ਦੇ ਲੋਕਾਂ ਨੇ ਦਿੱਤਾ ਕਿ ਅਸੀਂ ਬੜੇ ਮੁਸ਼ਕਲ ਬੜੇ ਪੰਜਾਬੀ ਹਾਂ। ਔਰ ਮੈਂ ਤਿੰਨੇ ਸਾਡੇ ਜਿਹੜੇ ਨੌਜਵਾਨ ਸਾਥੀ ਨੇ ਔਰ ਜਸਪ੍ਰੀਤ ਸਿੰਘ ਜੀ ਸਾਡੇ ਖੜੇ ਨੇ, ਇਹ ਵੀ ਪੰਜਾਬ ਜ਼ਿਲ੍ਹਾ ਸੰਗਠਨ ਦੇ ਆਗੂ ਸਾਡੇ ਨੇ, ਔਰ ਦਿਲਾਵਰ ਸਿੰਘ ਜੀ ਖੜੇ ਹੈ, ਔਰ ਮੈਂ ਇਹ ਤਿੰਨੇ ਆਗੂਆਂ ਨੂੰ ਬਤਾ ਵੀ ਦੇਣਾ ਚਾਹੁੰਦਾ। ਇਹ ਕਦੇ ਕਦੇ ਮਾੜਾ ਮਾੜਾ ਗੁੱਸੇ ਹੋ ਜਾਂਦੇ ਆ ਸਾਡੇ ਨਾਲ, ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਜਿਸ ਤਰੀਕੇ ਨਾਲ ਇਕੱਠੇ ਹੋ ਕੇ ਇਸ ਝੰਡੇ ਦੇ ਥੱਲੇ ਤੁਸੀਂ ਕਾਂਗਰਸ ਪਾਰਟੀ ਦੀ ਜਿਹੜੀ ਆਵਾਜ਼ ਉਹ ਘਰ ਘਰ ਲੈ ਕੇ ਜਾਣ ਦਾ ਕੰਮ ਕਰ ਰਹੇ ਹੋ। ਅਗਰ ਇਸੇ ਤਰ੍ਹਾਂ ਤੁਸੀਂ ਲੱਗੇ ਰਹੇ ਤਾਂ 2027 ਦੇ ਵਿੱਚ ਤਿੰਨੇ ਮੇਰੇ ਭਰਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਿਸੇ ਵੱਡੇ ਅਹੁਦੇ ਉੱਤੇ ਕਿੰਨੇ ਲੋਕ ਬੈਠੇ ਹੋਣਗੇ ਮੇਰੀ ਗੱਲ ਯਾਦ ਰੱਖੋ, ਲੇਕਿਨ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਔਰ ਹਜੇ ਸਾਨੂੰ ਸਭ ਸਿੱਧਾ ਆਈਆਂ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹੱਥ ਤੇ ਹੱਥ ਰੱਖ ਕੇ ਬਹਿ ਜਾਈਏ, ਹੁਣ ਸਾਡਾ ਇਮਤਿਹਾਨ ਦੀ ਘੜੀ ਹੋ ਜਾਵੇ। ਸਾਨੂੰ ਮਿਹਨਤ ਕਰਨੀ ਪਊਗੀ, ਸਾਨੂੰ ਆਪਣਿਆਂ ਨੂੰ ਮਨਾਉਣਾ ਪਏਗਾ, ਸਾਨੂੰ ਆਪਣਿਆਂ ਨੂੰ ਮੋੜਨਾ ਪਏਗਾ, ਸਾਨੂੰ ਆਪਣਿਆਂ ਨੂੰ ਦੱਸਣਾ ਪਏਗਾ ਕਿ ਜਿਹੜਾ ਕੱਲ ਵਾਲਾ ਪੰਜਾਬ ਹੋਏਗਾ, ਜਿਹੜਾ 2027 ਦਾ ਪੰਜਾਬ ਹੋਏਗਾ, ਕਾਂਗਰਸ ਪਾਰਟੀ ਤੁਹਾਡੇ ਬਾਰੇ ਆਹ ਸੋਚਦੀ ਹੈ, ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਵਾਸਤੇ ਆਹ ਸੋਚਦੀ ਹੈ, ਕਾਂਗਰਸ ਪਾਰਟੀ ਪੰਜਾਬ ਦੇ ਮਜ਼ਦੂਰਾਂ ਵਾਸਤੇ ਆਹ ਸੋਚਦੀ ਹੈ, ਕਾਂਗਰਸ ਪਾਰਟੀ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਵਾਸਤੇ ਆਹ ਸੋਚਦੀ ਹੈ। ਸਾਨੂੰ ਇਹ ਜਿਜ਼ਮ, ਸਾਨੂੰ ਇਹ ਰਾਸਤਾ ਪੰਜਾਬ ਦੇ ਲੋਕਾਂ ਨੂੰ ਦੇਣਾ ਪਏਗਾ, ਔਰ ਅਗਰ ਅਸੀਂ ਉਹ ਰਾਸਤਾ ਵਿਖਾਉਣ ਦੇ ਵਿੱਚ ਕਾਮਯਾਬ ਹੋਏ ਤਾਂ ਪੰਜਾਬ ਦੇ ਅੰਦਰ ਦੁਬਾਰਾ ਫੇਰ 92 ਸੀਟਾਂ ਤੋਂ ਵੱਧ, ਮੇਰੀ ਗੱਲ ਯਾਦ ਰੱਖਿਓ, ਇਸ ਵਾਰੀ ਕਾਂਗਰਸ ਪਾਰਟੀ ਜਦੋਂ ਆਏਗੀ ਉਦੋਂ ਝਾੜੂ ਵਾਲਿਆਂ ਤੋਂ ਵੱਧ ਸੀਟਾਂ ਲੈ ਕੇ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੈਠਾਂਗੇ। ਔਰ ਤੁਹਾਡੇ ਨਾਲ ਇਹ ਗੱਲ ਦਾ ਪਰਮ ਕਰਾਂਗੇ, ਔਰ ਸਾਰੇ ਜਿਵੇਂ ਅਸੀਂ ਜਿੱਤ ਕੇ ਜਾਵਾਂਗੇ, ਜਿਸ ਤਰ੍ਹਾਂ ਕੱਲ੍ਹ ਸਰਕਾਰ ਦੇ ਸਮੇਂ ਸਾਡੀ ਅਣਦੇਖੀ ਹੋਈ ਹੈ, ਸਾਡੇ ਵਰਕਰ ਦੀ ਅਣਦੇਖੀ ਹੋਈ ਹੈ, ਥਾਣਿਆਂ ਥਾਣਿਆਂ ਚ ਕਚਹਿਰੀਆਂ ਜਿਸ ਤਰ੍ਹਾਂ ਸਾਡੇ ਬੰਦਿਆਂ ਦੀਆਂ ਪੱਗਾਂ ਰੋਲੀਆਂ ਗਈਆਂ ਕਾਂਗਰਸ ਦੇ ਹਾਲ ਦੇ ਵਿੱਚ, ਲੋਕਾਂ ਨੂੰ ਨਫ਼ਰਤ ਕਾਂਗਰਸ ਦੇ ਪੰਜੇ ਨਾਲ ਨਹੀਂ ਹੈ, ਲੋਕਾਂ ਨੂੰ ਨਫ਼ਰਤ ਕਾਂਗਰਸ ਦੇ ਤਿਰੰਗੇ ਨਾਲ ਨਹੀਂ ਹੈ, ਲੇਕਿਨ ਲੋਕਾਂ ਨੇ ਜਿਹੜੇ ਸੁਪਨਿਆਂ ਦੇ ਨਾਲ ਸਰਕਾਰ ਬਣਾਈ ਸੀ ਉਹਨਾਂ ਸੁਪਨਿਆਂ ਤੇ ਸਾਡੀ ਸਰਕਾਰ ਖਰੀ ਨਹੀਂ ਉਤਰੀ। 2000 ਜਿਹੜੀ ਸਾਡੀ ਸਰਕਾਰ ਸੀ ਕਰਤੰਗੀ ਸਰਕਾਰ, ਇਸ ਕਰਕੇ ਸਾਨੂੰ ਇਹ ਖਮਿਆਜਾ ਭੁਗਤਣਾ ਪਿਆ। ਔਰ ਅਗਰ ਲੋਕਾਂ ਦੀ ਸਰਕਾਰ ਬਣਾਉਣ ਚ ਕਾਮਯਾਬ ਅਸੀਂ ਹੋਏ, ਜਿਵੇਂ ਬੰਗਾਲ ਦੇ ਅੰਦਰ ਮਮਤਾ ਬੈਨਰਜੀ 15-15 ਸਾਲ ਰਾਜ ਕਰਦੇ ਹੈ, ਉਹ ਲੋਕਾਂ ਦੀ ਸਰਕਾਰ ਹੈ, ਉਹ ਆਪਦੇ ਵਰਕਰਾਂ ਦੀ ਗੱਲ ਸੁਣਦੇ ਹੈ, ਉਹ ਆਪਦੇ ਵਰਕਰਾਂ ਨੂੰ ਦਿਲ ਨਾਲ ਲਾਉਂਦੇ ਹੈ, ਉਹ ਆਪਦੇ ਵਰਕਰਾਂ ਨੂੰ ਆਪਦਾ ਪਰਿਵਾਰ ਬਣਾਉਂਦੇ ਹੈ। ਤੇ ਜੇ ਅਸੀਂ ਆਪਦੇ ਵਰਕਰਾਂ ਨੂੰ ਆਪਦਾ ਪਰਿਵਾਰ ਬਣਾ ਲਿਆ
ਤਾਂ ਫਿਰ ਕੋਈ ਦੁਨੀਆ ਦੀ ਤਾਕਤ ਸਾਨੂੰ ਸੱਤਾ ਚੋਣ ਤੋਂ ਰੋਕ ਨਹੀਂ ਸਕਦੀ। ਫਿਰ 15 ਸਾਲ ਬਾਬਾ ਕਿਰਪਾ ਕਰੇ, ਜਿਹੜੇ ਲੋਕ ਆਪਦੇ ਵਰਕਰਾਂ ਦੀ ਕਦਰ ਕਰਦੇ ਫਿਰ ਉਹ ਲੰਮਾ ਸਮਾਂ ਸਿਆਸਤ ਦੇ ਵਿੱਚ ਰਹਿੰਦੇ। ਇਸੇ ਕਰਕੇ ਸਰਦਾਰ ਗਿਆਨ ਸਿੰਘ ਅੱਗੇ ਲੋਕਾਂ ਦਾ ਲੋਕਾਂ ਚ ਵੀ ਨਾਮ ਜਾਂਦੇ। ਸੋ ਟਕੜੇ ਰਹੋ, ਮੈਂ ਜ਼ਿਆਦਾ ਕੁਝ ਨਾ ਕਹਿੰਦੇ ਹੋਏ। 3 ਦਿਨ ਲਾਸ਼ ਪਈ ਰਹੀ ਆ ਪੈਲ ਦੇ ਵਿੱਚ, ਇਹਨਾਂ ਕੋਲ ਕਬਰਸਤਾਨ ਨਹੀਂ ਸੀ ਹੈਗਾ, ਲਾਸ਼ ਪਈ ਰਹੀ ਆ ਕਬਰਸਤਾਨਾਂ ਦਾ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦੇ ਹੋਏ ਆਪਾਂ ਸਾਰਿਆਂ ਨੂੰ ਆਪਣੇ ਦੇਸ਼ ਦਾ ਪਰਚਾ ਨਾਲ ਕਾਇਮ ਰੱਖਣਾ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਦਲਿਤ ਹੈ, ਚਾਹੇ ਕੋਈ ਵਾਲਮੀਕੀ ਹੈ, ਅਸੀਂ ਸਾਰਿਆਂ ਨੇ ਕਿਉਂਕਿ ਦੇਸ਼ ਦੇ ਭਾਈਚਾਰੇ ਨੂੰ ਤੋੜਨ ਦੀਆਂ ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ। ਇਸੇ ਕਰਕੇ ਅਸੀਂ ਉਸ ਸਭਾ ਦੇ ਦਰਮਿਆਨ ਇਹ ਗੱਲ ਕਹੀ ਸੀ ਕਿ ਸਨਮਾਨ ਖਤਰੇ ਚ ਹੈ, ਮੋਦੀ ਦੇਸ਼ ਦਾ ਸੰਵਿਧਾਨ ਬਦਲ ਦਿੰਦਾ ਜੇ ਅਸੀਂ ਅੱਜ 234 ਲੋਕ ਸਾਹਮਣੇ ਓਪੋਜੀਸ਼ਨ ਚ ਨਾ ਹੁੰਦੇ। ਸੋ ਤਕੜੇ ਹੋ ਕੇ ਆਪਾਂ ਸਾਰਿਆਂ ਨੇ ਆਪਣਾ ਭਾਈਚਾਰਾ ਕਾਇਮ ਰੱਖਣਾ। ਇਸੇ ਤਰ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸਮਰਪਿਤ ਰਹਿਣਾ ਔਰ ਉਹਨਾਂ ਦੇ ਕੀਤੇ ਪਾਏ ਪੂਰਨਿਆਂ ਤੇ ਚੱਲ ਕੇ ਅਸੀਂ ਸਾਰਿਆਂ ਨੇ ਆਉਣ ਵਾਲਾ ਪੰਜਾਬ, ਨਵਾਂ ਪੰਜਾਬ ਦਾ ਨਿਰਮਾਣ ਕਰਨਾ। ਤੁਹਾਡਾ ਦੁਆਰੇ ਫਿਰ ਦਿਲ ਦੀਆਂ ਗਹਿਰੀਆਂ ਚੋਂ ਇਸ ਸ਼ਹੀਦੀ ਸਮਾਗਮ ਤੇ ਔਰ ਸ਼ਰਧਾਂਜਲੀ ਅਰਪਣ ਕਰਨ ਆਏ ਲੋਕਾਂ ਦਾ ਮੈਂ ਧੰਨਵਾਦੀ ਹਾਂ। ਔਰ ਜਿਵੇਂ ਦੇ ਪ੍ਰਧਾਨ ਲੱਖਾ ਪਾਇਲ ਸਾਹਿਬ ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।